अज 25 मार्च को शहीद नवरीत सिंह डिवडवा जी की शहादत को समर्पित बापू हरदीप सिंह डिवडवा की अगवाई दे विच मोगे तो एक किसान नौजवान मोर्चा एकजुटता मार्च जिहड़ा अज वख-वख मेन रोड तो उत्तों दी हुंदा होया जिदे विच हज़ारां की गिणती विच नौजवान शामिल ने शाम को अज सिंघू बॉर्डर से उत्थे पहुँचेगा जिहदा मकसद यह है कि साडियां इस अंदोलन दीआं दो वड्डियां ताकतां साडे नौजवान तां साडे बजुर्ग वो एकमुट हो के मोदी क्या दे फोकस करके उन्हां खिलाफ़ लड़ाई लड़न जिहड़े साडे जमीनां दे लई साडी खेती दे लई साडे लोकां दे लई खतरा बने हुए हैं। ਵੀਰ ਜੀ ਤੁਸੀਂ ਨੌਜਵਾਨ ਸੰਦੇਸ਼ ਕੀ ਦੇਣਾ ਚਾਹੋਗੇ ਸੰਦੇਸ਼ ਨੌਜਵਾਨੀ ਨੂੰ? ਮੈਂ ਹੱਥ ਬੰਨ ਕੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਅਤੇ ਸਾਡੇ ਨਾਲ ਮੈਂ ਬਜ਼ੁਰਗ ਆਗੂਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਦੂਜੇ ਦੀ ਕਿੱਕੜ ਕੁੱਕੜ ਖੇ ਖੈਰ ਨੌਜਵਾਨ ਵਾਲੇ ਪਾਸਿਓਂ ਤਾਂ ਬਹੁਤ ਸਮਝਦਾਰੀ ਵਰਤੀ ਗਈ, ਕਿਸਾਨ ਆਗੂ ਵੀ ਬਹੁਤ ਸੂਝਵਾਨ ਨੇ, ਕੁਝ ਸੱਜਣਾ ਨੇ ਬਹੁਤ ਅਪਮਾਨਜਨਕ ਟਿੱਪਣੀਆਂ ਵਰਤੀਆਂ ਨੇ, ਉਹਨਾਂ ਨੂੰ ਸਾਰੀਆਂ ਨੂੰ ਵਾਪਸ ਲੈਣ ਅਤੇ ਹੁਣ ਇੱਕ ਦੂਜੇ ਦੀ ਕੁੱਕੜ ਖੇਡਾਉਣੀ ਬੰਦ ਕਰੋ, ਮੋਦੀ ਕਿਆਂ 'ਤੇ ਫੋਕਸ ਕਰੋ ਕਿਉਂਕਿ ਉਹ ਬਹੁਤ ਹੰਕਾਰਿਆ ਹੋਇਆ ਅਤੇ ਬਹੁਤ ਜਿੱਦੀ ਬੰਦਾ ਹੈਗਾ ਮੋਦੀ, ਉਹਨੂੰ ਉਹਦੇ 'ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਇੱਕ ਦੂਜੇ ਦੇ ਖਿਲਾਫ਼ ਜਿਹੜੀ ਅਸੀਂ ਕੁੱਕੜ ਖੇਡਾਉਣੀ ਬੰਦ ਕਰੀਏ ਇਹ ਅੰਦੋਲਨ ਦਾ ਨੁਕਸਾਨ ਹੋਊਗਾ, ਇਸ ਤਰੀਕੇ ਨਾਲ ਲੜਾਈ ਨਹੀਂ ਜਿੱਤੀ ਜਾਣੀ, ਅਸੀਂ ਸਾਰੇ ਇੱਕਮੁੱਠ ਹਾਂ ਵਿਚਾਰਧਾਰਕ। 26 ਜਨਵਰੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ, ਨਵਰੀਤ ਦੀ ਸ਼ਹਾਦਤ ਹੋਈ ਔਰ ਉਸ ਤੋਂ ਬਾਅਦ ਜਿਹੜਾ ਮੋਰਚੇ ਦੇ ਵਿੱਚ ਇੱਕ ਬਿਖਰਾਵ ਆਇਆ ਸੀਗਾ ਔਰ ਨਿਰਾਸ਼ਾ ਆਈ ਸੀਗੀ, ਨਾਰਾਜ਼ਗੀਆਂ ਆਈਆਂ ਸੀਗੀਆਂ, ਕੁਝ ਬਿਆਨਬਾਜ਼ੀਆਂ ਇਹੋ ਜਿਹੀਆਂ ਆਈਆਂ ਜਿਸ ਨੂੰ ਲੈ ਕੇ ਬਹੁਤ ਵੱਡਾ ਇੱਕ ਖਲਾਰਾ ਜਿਹਾ ਪੈ ਗਿਆ ਸੀਗਾ ਅਤੇ ਸਾਡੇ ਸਾਹਮਣੇ ਇਹ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਨਵਰੀਤ ਦੀ ਸ਼ਹਾਦਤ ਜਿਸ ਕਾਜ਼ ਨੂੰ ਲੈ ਕੇ ਹੋਈ ਜਾਂ ਅੱਜ ਹੋਰ 300 ਸ਼ਹਾਦਤਾਂ ਹੋਈਆਂ ਜਾਂ ਜਿਹੜਾ 3-4 ਮਹੀਨੇ ਦਾ ਉੱਥੇ ਬੈਠ ਕੇ ਤਪ ਹੋਇਆ, ਜਿਹੜੇ ਸਾਡੇ ਸਾਰੇ ਐਫਰਟਸ ਲੱਗੇ, ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਡੀ ਕੌਮ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਉੱਥੇ ਲਾਇਆ ਔਰ ਦੁਨੀਆ ਦੀਆਂ ਨਜ਼ਰਾਂ ਇਸ ਅੰਦੋਲਨ 'ਤੇ ਇਹਦੇ ਵੱਲ ਲੋਕੀ ਬਹੁਤ ਉਮੀਦ ਨਾਲ, ਇਹ ਸਾਰੀਆਂ ਚੁਣੌਤੀਆਂ ਸੀ 26 ਤਰੀਕ ਤੋਂ ਬਾਅਦ ਸਾਰੇ ਜਣੇ। ਅਸੀਂ ਸਭ ਤੋਂ ਪਹਿਲਾਂ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਅਸੀਂ 1-7 ਮਾਰਚ ਦਾ ਉੱਥੇ ਅਰਦਾਸ ਦਿਵਸ ਰੱਖਿਆ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਬੁਲਾਇਆ ਔਰ ਉਹਦੇ ਵਿੱਚ ਸਾਡੀਆਂ ਧਾਰਮਿਕ ਸੰਸਥਿਕ ਜਥੇਬੰਦੀਆਂ ਵੀ ਆਈਆਂ, ਨੌਜਵਾਨ ਵੀ ਆਏ ਕਿਉਂਕਿ ਉੱਥੇ ਇੱਕ ਪਰਸੈਪਸ਼ਨ ਸੀਗਾ ਸਿਰਜਿਆ ਹੋਇਆ ਕਿ ਜਿਹੜਾ ਉੱਥੇ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੇ, ਇੱਕ ਪੰਥਕ ਵਿਚਾਰਧਾਰਾ, ਇੱਕ ਕਾਮਰੇਡੀ ਵਿਚਾਰਧਾਰਾ। ਪੰਥਕ ਵਿਚਾਰਧਾਰਾ ਆਪਣੇ ਏਜੰਡੇ ਨਾਲ ਇਸ ਮੂਵਮੈਂਟ ਚਲਾਉਣਾ ਚਾਹੁੰਦੀਆਂ ਔਰ ਕਾਮਰੇਡ ਜਿਹੜੇ ਆ ਉਹ ਆਪਣੇ ਏਜੰਡੇ ਨਾਲ ਚਲਾਉਣਾ। ਸਭ ਤੋਂ ਪਹਿਲਾਂ ਅਸੀਂ ਇਹ ਪਰਸੈਪਸ਼ਨ ਤੋੜਨਾ ਸੀ ਉੱਥੇ, ਫਿਰ ਸਾਰੀਆਂ ਜਿਹੜੀਆਂ ਆਈਆਂ ਸੀਗੀਆਂ ਜਥੇਬੰਦੀਆਂ ਜਿਹੜੀਆਂ ਅੰਦੋਲਨ ਚਲਾ ਰਹੀਆਂ, ਅਸੀਂ ਆਪਣੇ ਵੱਲੋਂ ਸਾਫ਼ ਕੀਤਾ ਕਿ ਪੰਥਕ ਦਾ ਕੋਈ ਵੱਖਰਾ ਏਜੰਡਾ ਨਹੀਂ, ਅਸੀਂ ਤਾਂ ਸਹਿਯੋਗੀ ਦੇ ਰੂਪ ਵਿੱਚ ਤੁਹਾਡੇ ਨਾਲ, ਕਿਉਂਕਿ ਸਾਡਾ ਸਿਧਾਂਤ ਹੈ ਵੀ ਮਜ਼ਲੂਮ ਨਾਲ ਖੜੇ ਹੋਣਾ। ਇਸ ਵੇਲੇ ਜਿਹੜੀ ਮਜ਼ਲੂਮ ਧਿਰ ਹੈ ਉਹ ਕਿਸਾਨ ਆ, ਮਜ਼ਦੂਰ ਆ, ਅਸੀਂ ਉਹਨਾਂ ਨਾਲ ਖੜੇ ਹਾਂ, ਵੱਖਰਾ ਸਾਡਾ ਕੋਈ ਏਜੰਡਾ ਨਹੀਂ, ਏਜੰਡਾ ਤੁਹਾਡਾ ਨਹੀਂ, ਅਸੀਂ ਤੁਹਾਡੇ ਸਹਿਯੋਗੀ, ਸਹਿਯੋਗ ਲੰਗਰਾਂ ਦੇ ਰੂਪ ਵਿੱਚ ਜਾਂ ਹੋਰ ਜੀ। ਅਤੇ ਜਦੋਂ ਅਸੀਂ ਆਪਣੇ ਵੱਲੋਂ ਇਹ ਸਾਫ਼ ਕੀਤਾ ਅਤੇ ਫਿਰ ਦੂਸਰੇ ਬੰਨੇ ਕਾਮਰੇਡਾਂ ਦੇ ਧਿਰ ਵੱਲੋਂ ਦਰਸ਼ਨ, ਡਾਕਟਰ ਦਰਸ਼ਨਪਾਲ ਬੋਲਿਆ, ਉਹਨਾਂ ਨੇ ਫਿਰ ਆਪਣੇ ਵੱਲੋਂ ਸਾਡੇ ਨਾਲੋਂ ਵੀ ਜੋ ਕਦਮ ਅੱਗੇ ਵੱਧ ਕੇ ਗੱਲ ਕਹੀ ਵੀ ਇਹ ਜਿਹੜਾ ਅੰਦੋਲਨ ਆ, ਮੈਂ ਇਮਾਨਦਾਰੀ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਸਕਦਾ ਕਿ ਇਹਦੀ ਜਿਹੜੀ ਰੀਡ ਦੇਖੋ, ਆਪਣੇ ਟੀਚਾ ਤਾਂ ਸਾਰਿਆਂ ਦਾ ਇੱਕ ਹੀ ਹੈਗਾ ਕਿ ਆਪਣੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ, ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਵੀ ਸਾਡਾ ਏਕਾ ਜਿਹੜਾ ਬਣਿਆ ਰਹੇ ਤਾਂ ਅਸੀਂ ਅੱਜ ਵੀ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕੀਤੀ ਹੈ ਮਾਲਕ ਅੱਗੇ ਕਿ ਸਦਾ ਅੰਗ ਸੰਗੇ ਭੰਗਨ ਵਿਭੂਤੇ ਦੁਕਲ ਪ੍ਰਨਾਸੀ ਦਿਆਲਣ ਸਰੂਪੇ, ਕਿ ਉਹ ਸਦਾ ਅੰਗ ਸੰਗ ਰਹੇ ਅਤੇ ਜਦੋਂ ਗੁਰੂ ਪਾਤਸ਼ਾਹ ਅੰਗ ਸੰਗ ਹੁੰਦੇ ਆ ਤਾਂ ਜਿੱਤ ਪੱਕੀ ਹੁੰਦੀ ਹੈ, ਜ਼ੁਲਮ ਅਤੇ ਜ਼ਾਲਮ ਦਾ ਨਾਸ ਜ਼ਰੂਰ ਹੁੰਦਾ ਹੈ। ਅਸੀਂ ਇਸ ਤਰੀਕੇ ਨਾਲ ਹੀ ਚੱਲੇ ਹਾਂ ਕਿ ਅਸੀਂ ਸੱਚ ਨਾਲ ਖੜੇ ਹਾਂ, ਕਿਸਾਨਾਂ ਨਾਲ ਖੜੇ ਹਾਂ, ਕਾਲੇ ਕਾਨੂੰਨ ਰੱਦ ਕਰਾਉਣੇ ਤਾਂ ਸਾਨੂੰ ਮਤਲਬ 100% ਭਰੋਸਾ ਹੈ ਸਾਡੇ ਗੁਰੂ ਸਾਹਿਬ 'ਤੇ ਕਿ ਉਹ ਸਾਡੀ ਜਿਹੜੀ ਜਿੱਤ ਦਾ ਯਕੀਨੀ ਹੋਊਗੀ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੁਰਾਇਆ। ਅੱਜ ਦਾ ਕੀ ਸ਼ਡਿਊਲ ਹੈ ਤੁਹਾਡਾ ਜਿਹੜਾ ਇੱਥੋਂ ਤੁਰਨ? ਇੱਥੋਂ ਅਸੀਂ ਅੱਜ ਅਜੀਤਵਾਲ ਤੋਂ ਹੁੰਦੇ ਹੋਏ ਲੁਧਿਆਣਾ, ਲੁਧਿਆਣੇ ਤੋਂ ਅੰਬਾਲਾ ਅਤੇ ਫਿਰ ਅਸੀਂ ਸਿੰਘੂ ਬਾਰਡਰ ਪਹੁੰਚਾਂਗੇ ਅਤੇ ਉੱਥੇ ਸਿਰਫ ਅਸੀਂ ਇਹੀ ਕਾਲੇ